ਹਾਂਜੀ ਵੀਰ ਜੀ, ਅਸਲਾਮ ਵਾਲੇਕਮ। ਔਰ ਅੱਜ ਅਸੀਂ ਆਏ ਹਾਂ ਜੀ ਨਾਲ ਦੇ ਪੜੋਸਿਆਂ ਦੀ, ਸਮਝੋ ਕਿ ਨਾ ਬੇਟੀ ਦੀ ਸ਼ਾਦੀ ਆ, ਅਤੇ ਅਸੀਂ ਜਿਹੜਾ ਸਮਾਨ ਸਮੂਨ ਜੁੜਿਆ ਫਿਰ ਅਸੀਂ ਮਾਸ਼ਾਅੱਲਾ ਇਤਨਾ ਸੋਹਣਾ ਖੂਬਸੂਰਤੀ ਨਾਲ, ਅਤੇ ਉਹ ਦੇਖਣ ਲਈ ਆਏ ਸੀ। ਮੈਂ ਆਖਿਆ ਸੋਚਿਆ ਕਿ ਆਪਣੇ ਵੀਵਰ ਨਾਲ ਵੀ ਜਿਹੜਾ ਨਾ ਸ਼ੇਅਰ ਕਰਦੇ ਚੱਲੀਏ ਕਿ ਕਿੰਨਾ ਖੂਬਸੂਰਤ ਔਰ ਕਿਤਨਾ ਜਹੇਜ਼ ਦਾ ਪਿਆਰਾ ਪਿਆਰਾ ਸਮਾਨ ਜਿਹੜਾ ਨਾ ਜੁੜਿਆ ਪਿਆ। ਦੇਖੋ ਤੁਸੀਂ ਹਰ ਚੀਜ਼ ਹੈਗੀ, ਮਾਸ਼ਾਅੱਲਾ ਬੈੱਡ ਹੈਗਾ ਔਰ ਬੈੱਡ ਸ਼ੀਟ ਵੀ ਉੱਤੇ ਤੁਸੀਂ ਕਿੱਡੀ ਸੋਹਣੀ ਚੈੱਕ ਕਰ ਸਕਦੇ ਹੋ। ਪੰਖੇ ਜਿਹੜੇ ਨਾ ਬੈੱਡ ਸ਼ੀਟ ਹੈ, ਕੰਬਲ ਤਰ੍ਹਾਂ ਦੀ, ਔਰ ਪੰਖੇ ਤੁਸੀਂ ਚੈੱਕ ਕਰੋ ਮਾਸ਼ਾਅੱਲਾ ਕਿੰਨੇ ਪਿਆਰੇ ਹੈਗੇ। ਅਤੇ ਇਸ ਤੋਂ ਇਲਾਵਾ ਜਿਊਲਰੀ ਸੈੱਟ ਹੈਗਾ, ਇਹ ਵੇਖੋ। ਅਤੇ ਬਾਕੀ ਜਿਹੜਾ ਨਾ ਛੋਟਾ ਛੋਟਾ ਸਮਾਨ ਹੈਗਾ, ਨਾਲੇ ਪਰਾਂਦੇ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ। ਅਤੇ ਸ਼ੂਜ਼ ਵਗੈਰਾ ਔਰ ਬਰਤਨ ਸਟੀਲ ਦੇ, ਸਿਲਵਰ ਦੇ, ਸਾਰੇ ਯਾਨੀ ਕਿ ਨਾ ਜ਼ਰੂਰੀਆਤੀ ਚੀਜ਼ਾਂ ਹੈਗੀਆਂ। ਮਾਸ਼ਾਅੱਲਾ ਕਾਫੀ ਪਿਆਰਾ ਸਮਾਨ ਜਿਹੜਾ ਨਾ ਜੁੜਿਆ ਪਿਆ। ਦੇਖੋ ਤੁਸੀਂ ਕਿੰਨਾ ਖੂਬਸੂਰਤ ਹੈਗਾ। ਫਰਨੀਚਰ ਵੀ ਮੁਕੰਮਲ ਟਾਈਪ ਹੈਗਾ, ਨਾਲ ਜਿਹੜਾ ਅਲਮਾਰੀ ਔਰ ਉਸ ਤੋਂ ਇਲਾਵਾ ਸ਼ੋਕੇਸ ਆ, ਅਤੇ ਸ਼ੀਸ਼ੇ ਦੇ ਬਰਤਨ, ਪਲਾਸਟਿਕ ਦੇ, ਸਭ ਕੁਛ ਯਾਨੀ ਕਿ ਨਾ ਜ਼ਿੰਦਗੀ ਦੀ ਜ਼ਰੂਰੀਆਤੀ ਚੀਜ਼ਾਂ ਜਿਹੜੀਆਂ ਨਾ ਮੌਜੂਦ ਹੈਗੀਆਂ। ਇੱਧਰ ਸੋਫੇ ਵੀ ਲੱਗੇ ਪਏ ਆ, ਚੈੱਕ ਕਰੋ ਤੁਸੀਂ। ਔਰ ਇਹ ਦੇਸੀ ਟਾਈਪ ਜਿਹੜੇ ਨਾ ਬੂੜੇ ਹੈਗੇ, ਚਿਨਿਓਟੀ, ਇਹਨੂੰ ਚਿਨਿਓਟੀ ਕਹਿੰਦੇ ਆ। ਕਿੰਨੇ ਸੋਹਣੇ ਬਣੇ ਹੋਏ ਆ ਹੱਥ ਦੇ ਨਾਲ ਨਾ, ਛੋਟੇ ਛੋਟੇ ਉਹਨਾਂ ਨੇ ਲਾਟੂ ਜਿਹੇ ਲਾ ਕੇ ਨਾ ਬੜੇ ਖੂਬਸੂਰਤੀ ਨਾਲ ਬਣਾਏ ਹੋਏ ਆ। ਇਹ ਹੈਗਾ ਜੀ ਮੇਰੇ ਖਿਆਲ ਵਾਟਰ ਕੂਲਰ, ਏਅਰ ਕੂਲਰ ਹੈਗਾ। ਅਤੇ ਬਾਕੀ ਜਿਹੜਾ ਨਾ ਇਹ ਸਮਾਨ ਹੈਗਾ, ਬਿਸਤਰੇ ਔਰ ਸਰਾਣੇ, ਅਤੇ ਬਾਕੀ ਜਿਹੜੀਆਂ ਨਾ ਚਾਰ ਮੰਜੇ ਹੈਗੇ, ਉਹ ਵੀ ਇਸ ਤਰ੍ਹਾਂ ਦੇ ਜਿਹੜਾ ਨਾ ਸਾਡੇ ਵਾਲੇ ਤਾਂ ਸਮਝੋ ਕਿ ਲੋਹੇ ਦੇ ਮੰਜੇ ਹੁੰਦੇ ਹਨ, ਲੇਕਿਨ ਇਹ ਲੱਕੜੀ ਦੇ ਆ ਅਤੇ ਰੰਗੀਨ ਮੰਜੇ ਹੈਗੇ। ਅੱਲਾ ਪਾਕ ਜੀ, ਇਹ ਵੇਖੋ ਇਹ ਕੁਰਾਨੇ ਮਜੀਦ ਹੈਗਾ ਔਰ ਬੋਕਸ ਹੈ, ਬੋਕਸ ਦੇ ਵਿੱਚ ਹੀ ਹੈਗਾ, ਠੀਕ ਹੈ ਨਾ। ਬਾਕੀ ਇਹ ਦੇਖੋ ਤੁਸੀਂ ਜਿਹੜਾ ਨਾ ਹੱਥ ਦੀ ਕਢਾਈ ਦੇ ਨਿਕਲੇ ਹੋਏ ਸਿਰਾਣੇ, ਅਤੇ ਸਿਰਾਣਿਆਂ ਦੇ ਨਾਲ ਮੋਢੇ ਲੱਗੇ ਹੋਏ ਆ, ਚੈੱਕ ਕਰੋ ਤੁਸੀਂ। ਅਤੇ ਬਾਕੀ ਆ ਜਿਹੜੀਆਂ ਰਜ਼ਾਈਆਂ ਨੇ, ਤਕਰੀਬਨ ਪੂਰਾ ਸੈੱਟ ਮੁਕੰਮਲ ਹੈਗਾ ਕਿ ਪਤਾ ਨਹੀਂ ਕਿ ਤਕਰੀਬਨ 2, 4, 6, 8, 10 ਰਜ਼ਾਈਆਂ ਦੇ ਸੈੱਟ ਹੈਗੇ। ਇਸ ਤੋਂ ਇਲਾਵਾ ਇਹ ਵਾਲੇ ਜਿਹੜੇ ਨਾ ਦੂਸਰੇ ਉਹ ਤਕੀਏ ਹੁੰਦੇ ਆ, ਬਾਕੀ ਮੂੜੇ, ਰੁਕਸ ਦੀ ਸੈੱਟ, LED, ਅਤੇ ਬਾਕੀ ਵਾਲੇ ਆ ਬਰਤਨ, 2 ਪੇਟੀਆਂ ਵਾਲੇ ਸੈੱਟ ਆ, ਟਰੰਕ ਵਗੈਰਾ ਸਭ ਕੁਛ ਜਿਹੜਾ ਨਾ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ। ਇੰਨਾ ਕੁ ਸਾਰਾ ਹੀ ਅਸੀਂ ਤੁਹਾਨੂੰ ਵੀਡੀਓ ਵਗੈਰਾ ਜੀ ਅਸੀਂ ਅੱਜ ਸ਼ੇਅਰ ਕੀਤੀ ਤੁਹਾਡੇ ਨਾਲ, ਅਤੇ ਮਜ਼ੀਦ ਅਗਰ ਹੋ ਸਕਿਆ ਤਾਂ ਕਰਾਂਗੇ ਇਨਸ਼ਾਅੱਲਾ ਤਾਲਾ। ਬਾਕੀ ਜਿਹੜਾ ਨਾ ਮੋਬਾਈਲ ਸਾਡਾ ਹੀਟ ਅਪ ਹੋ ਰਿਹਾ, ਔਰ ਕੈਸਾ ਲੱਗਿਆ ਤੁਹਾਨੂੰ ਦੇਖ ਕੇ ਸਾਰਾ ਸੈਟਅਪ ਵਗੈਰਾ, ਮਾਸ਼ਾਅੱਲਾ। ਅਤੇ ਬਾਕੀ ਅੱਲਾ ਪਾਕ ਜੀ ਨਸੀਬਾਂ 'ਚ ਕਰੇ ਉਸ ਬੱਚੀ ਦੇ, ਜਿਸ ਬੱਚੀ ਲਈ ਵੀ ਇਹ ਜਹੇਜ਼ ਦਾ ਸਮਾਨ ਵਗੈਰਾ ਬਣਾਇਆ ਗਿਆ। ਆ ਜਾਓ। ਇਸ ਤੋਂ ਇਲਾਵਾ ਜੀ ਇਹ ਕੱਪੜਿਆਂ ਦੇ ਜੋੜੇ ਹੈਗੇ ਮਾਸ਼ਾਅੱਲਾ ਜੀ, ਤਕਰੀਬਨ 2, 3, 4, 5 ਅਤੇ 6 ਜੋੜੇ ਜਿਹੜੇ ਨਾ ਉਹ ਸਮਝੋ ਕਿ ਮਹਿਕੇ ਵਾਲਿਆਂ ਦੀ ਤਰਫੋਂ ਦਿੱਤੇ ਜਾ ਰਹੇ ਨੇ, ਅਤੇ ਮਜ਼ੀਦ ਜਿਹੜੀਆਂ ਇੱਕ ਚਾਦਰ, ਇਹ ਵੀ ਮੇਰੇ ਖਿਆਲ ਭਾਈ ਕਾਲੀ ਉਹਨਾਂ ਦੀ ਤਰਫੋਂ, ਅੱਛਾ ਇਹ ਸਸੁਰਾਲ ਵਾਲਿਆਂ ਤਰਫੋਂ ਹੈ, ਅਤੇ ਬਾਕੀ ਇਹ 3 ਜੋੜੇ ਇਹ ਵੀ ਸਸੁਰਾਲ ਵਾਲਿਆਂ ਤਰਫੋਂ ਦਿੱਤੇ ਜਾ ਰਹੇ ਨੇ। ਅਤੇ ਔਰ ਕੁਛ ਮਜ਼ੀਦ ਚੀਜ਼ਾਂ ਜੀ ਇੱਥੋਂ ਤੁਹਾਨੂੰ ਦਿਖਾਉਂਦੇ ਹਾਂ, ਅਤੇ ਪੰਖਾ ਹੈਗਾ, ਅਤੇ ਇਹ ਵਾਲਾ ਜਿਹੜਾ ਨਾ ਸੈਟਅਪ ਵਗੈਰਾ, ਠੀਕ ਹੈ ਨਾ।
ਇਹ ਸਾਰਾ ਸਮਾਨ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ ਨਾ, ਇਹ ਮਹਿਕੇ ਵਾਲਿਆਂ ਦੀ ਤਰਫੋਂ ਸਾਨ ਜਿਹੜਾ ਨਾ ਦਿੱਤਾ ਜਾ ਰਿਹਾ ਬੱਚੀ ਨੂੰ, ਮਾਸ਼ਾਅੱਲਾ, ਠੀਕ ਹੈ ਨਾ। ਔਰ ਹਾਲਾਂਕਿ ਸਾਡੇ ਤਰਫ ਕਈ ਲੋਕ ਐਸੇ ਨੇ ਜਿਹੜੇ ਕਿ ਸੁਸਰਾਲੀਆਂ ਕੋਲੋਂ ਲੈਂਦੇ ਨੇ, ਔਰ ਇਹ ਸਭ ਕੁਛ ਜਿਹੜਾ ਨਾ ਮਹਿਕੇ ਵਾਲੇ ਦੇ ਰਹੇ ਨੇ। ਕਿਆ ਬਾਤ ਹੈ, ਮਾਸ਼ਾਅੱਲਾ। ਔਰ ਸਾਡੇ ਨਾਲ ਕੰਮ ਕਰਨ ਵਾਲਾ ਜਿਹੜਾ ਕਿ ਕਦੇ ਹੁੰਦਾ ਸੀ ਜ਼ੈਦ ਅਲੀ, ਸਾਡੇ ਪੜੋਸੀ ਗਾਓਂ ਦਾ ਮੁੰਡਾ। ਹੋਰ ਜਨਾਬ, ਕੀ ਹਾਲ ਹੈ? ਖੈਰ ਹੈ ਜੀ, ਅਲਹਮਦੁਲਿਲਾ। ਬਲੈਕ ਐਂਡ ਵਾਈਟ ਯਾਰ, ਫਿਰ ਕੀ ਕਰੀਏ, ਦੁੱਪਾਂ ਦੇ ਸਾੜ ਸਾੜ ਕੇ। ਅੱਲਾ ਦੇ ਬਣਾਏ ਹੁੰਦੇ, ਇਨਸਾਨਾਂ ਦੀ ਕਿਹੜੀ ਗੱਲ ਆ। ਹੋਰ ਕੀ, ਆਜੋ ਅਸੀਂ ਹੁਣ ਤੇਰੇ ਵਾਸ ਕੋਲ ਆਇਆ ਕਿਸੇ ਗੱਲ ਵਾਸਤੇ। ਕਿਹੜੀ ਵਜ੍ਹਾ ਤੋਂ? ਤਕਰੀਬਨ ਤੀਸਰਾ ਤਿੰਨ ਸਾਲ ਉੱਥੇ ਲਾਏ ਸੀ ਫਰਖ ਨਵੀ ਕੋਲ। ਫਰਖ ਨਵੀ ਕੋਲ 5 ਸਾਲ, 3 ਸਾਲ ਯਾਨੀ ਕਿ ਨਾ 5 ਸਾਲ ਮੈਂ ਲਾਇਆ ਸੀ, 3 ਸਾਲ ਤੁਸੀਂ ਲਾਇਆ, ਠੀਕ ਹੈ ਨਾ। 12 ਸਾਲ ਹੋ ਗਏ ਤਕਰੀਬਨ, ਹਾਲੇ ਤੱਕ ਕੋਈ ਕਰਜ਼ਾ ਲੱਥਾ? ਕਿੰਨਾ ਕੁ ਰਹਿ ਗਿਆ? 4 ਲੱਖ ਰੁਪਇਆ। 4 ਲੱਖ ਰੁਪਇਆ ਅਜੇ ਹੈ? ਚਲੋ, ਅੱਲਾ ਪਾਕ ਤੁਹਾਡੇ ਲਈ ਆਸਾਨੀ ਕੋਈ ਪੈਦਾ ਕਰ ਸਕੇ, ਤੁਹਾਡੇ ਗੁਜ਼ਾਰਿਸ਼ ਕਰਨੇ ਆ ਸਾਡੇ ਕੋਈ ਵੇਖਣ ਵਾਲੇ ਮੇਰੇ ਭੈਣ ਭਾਈ ਹੈ ਨੇ, ਕੋਈ ਐਸੇ ਹੈ ਨੇ ਕੋਈ ਨੇਕੀ ਦੇ ਕੰਮ ਵਿੱਚ ਜਿਹੜਾ ਨਾ ਹਿੱਸਾ ਉਸ ਪਾ ਦਿੰਦੇ ਨੇ, ਤੇ ਇੱਕ ਚਲੋ ਗੁਲਾਮ ਦਾ ਆਜ਼ਾਦ ਹੋ ਜਾਵੇ, ਤੇ ਇਸ ਤੋਂ ਚੰਗੀ ਗੱਲ ਕਿਹੜੀ ਆ, ਆਪਣੇ ਵਤਨਾਂ ਤੇ ਆ ਜਾਵੇਗਾ, ਪਰਦੇਸ ਵਿੱਚ ਵਿਚਾਰਾ ਧੱਕੇ ਖਾ ਰਿਹਾ, ਠੀਕ ਹੈ ਨਾ। ਇਕੱਲਾ ਘਰ ਹੈਗਾ, ਬੀਵੀ ਬੱਚੇ ਹੈਗੇ ਇਹਦੇ, ਸਮਝੋ ਤਾਂ ਉਂਝ ਤਾਂ ਦੇਖਣ ਨੂੰ ਤੁਹਾਨੂੰ ਚੰਗਾ ਭਲਾ ਨੌਜਵਾਨ ਲੱਗ ਰਿਹਾ ਹੋਵੇਗਾ, ਲੇਕਿਨ ਤੁਹਾਨੂੰ ਸਾਰੀ ਰੀਜ਼ਨ ਅਗਲੀ ਜਿਹੜੀ ਨੇ ਦੱਸੀ ਹੈ ਕਿ ਜਿਹੜਾ ਨਾ ਇੱਕ ਬੰਦਾ ਬੱਝਿਆ ਹੋਇਆ ਹੁੰਦਾ ਨਾ, ਉਹਦੀ ਸਮਝੋ ਕਿ ਇੱਕ ਤਾਂ ਇੱਜ਼ਤ ਕੋਈ ਨਹੀਂ ਹੁੰਦੀ ਆ, ਦੂਸਰਾ ਉਹਦੇ ਤਾਂ ਸਮਝੋ ਕਿ ਭਾਰ ਹੁੰਦਾ ਕਿ ਕਰਜ਼ੇ ਦਾ, ਅਤੇ ਤੀਸਰਾ ਉਹਨੂੰ ਸਮਝੋ ਕਿ ਤਨਖਾਹ ਕੋਈ ਨਹੀਂ ਮਿਲਦੀ ਆ। ਤਨਖਾਹ ਜਿੱਥੇ 20,000 ਲੈਣੀ, 25,000 ਲੈਣੀ, ਉੱਥੇ 4-5,000 ਦਿੰਦੇ, ਠੀਕ ਹੈ ਨਾ। ਅਤੇ ਬਾਕੀ 70 ਡੰਗਰ ਚਲੋ ਆ ਅੰਦਰ, ਤਾਂ ਆ ਚਾਹ ਪਾਣੀ ਤੁਹਾਨੂੰ ਪੁੱਛੀਏ, ਫਿਰ ਅਗਲੀ ਗੱਲ ਆਪੇ ਸਾਡੇ ਦੇਖਣ ਵਾਲੇ ਵੀਵਰ ਜਾਣੇ, ਸਬਸਕ੍ਰਾਈਬਰ ਜਾਣੇ, ਆਪੇ ਅੱਲਾ ਪਾਕ ਤੁਹਾਡਾ ਕੋਈ ਹਿਸਾਬ ਕਿਤਾਬ ਲਾਵੇਗਾ ਇਨਸ਼ਾਅੱਲਾ ਤਾਲਾ, ਠੀਕ ਹੈ ਨਾ। ਆ ਜਾ, ਆਹੋ ਤੰਬਾਕੂ ਪਰਲੇ ਘਰ ਲੱਗਾ, ਬਾਕੀ ਇਹ ਸੈਟਅਪ ਕੈਸਾ ਲੱਗ ਰਿਹਾ? ਬੜਾ ਵਧੀਆ ਲੱਗ ਰਿਹਾ। ਹਾਂਜੀ, ਉਹਦੇ ਪਿੰਡੀਆਂ ਪਿੰਡੀਆਂ ਵੀ ਲੱਗੀਆਂ ਹੋਈਆਂ ਨੇ, ਦਰਖਤ ਵੀ ਆ ਵਿੱਚੋਂ ਨਾ ਸਾੜ ਗਏ ਨੇ, ਵੇਖਣ ਗਰਮੀ ਨਾਲ ਪਤਾ ਨਹੀਂ ਕੀ ਮਸਲਾ, ਪਾਣੀ ਤਾਂ ਵੈਸੇ ਇਹਨੂੰ ਲੱਗਦਾ ਰਹਿੰਦਾ, ਉਂਝ ਜ਼ਮੀਨ ਦਾ ਕੁਛ ਮੇਰੇ ਖਿਆਲ ਹੈ ਜ਼ਿਆਦਾ ਨਾ ਗਰਮ ਜੀ ਹੈ, ਹਾਂ ਕਲਰ ਜਿਹਾ ਹੈ ਅਤੇ ਉਹ ਵਿੱਚ ਰੂੜੀ ਜ਼ਿਆਦਾ, ਹਾਂ ਇੱਥੇ ਅਸੀਂ ਬਣਾਉਣਾ ਗਾਰਡਨ, ਯਾਨੀ ਕਿ ਜਿਹਨੂੰ ਜਿਹੜਾ ਹੁੰਦਾ ਨਹੀਂ ਆਪਣਾ ਘਾਹ ਲਾ ਕੇ ਅਤੇ ਆਲੇ ਦੁਆਲੇ ਫੁੱਲ ਛੁੱਲ ਲਾ ਕੇ, ਫਿਰ ਇਹਨੇ ਦਰਖਤ ਸ਼ਰਖਤ ਲਾ ਦਿੱਤੇ ਨੇ, ਆਖੇ ਅਗਰ ਮਾਮੂ ਇਹ ਹੋ ਗਿਆ ਠੀਕ, ਨਹੀਂ ਤਾਂ ਫਿਰ ਉਹ ਦੂਜਾ ਲਾ ਦਿਸਾਂਗਾ। ਹਾਂ ਬੱਚਿਆਂ ਨੇ ਹੁਣ ਵੀ ਪਾਣੀ ਚਲਾਇਆ, ਵੇਖੋ 24 ਘੰਟੇ ਪਾਣੀ ਚੱਲਦਾ ਰਹਿੰਦਾ, ਬਾਕੀ ਗਰਮੀ ਬੜੀ ਜਾਂਦੀ, ਹੋਰ ਕਮਾਂਦ ਗੱਡਿਆ ਇਸ ਵੇਲੇ ਖੂਹ ਦੀ ਮਿੱਟੀ ਕੱਢੀ ਆ, ਇਥੋਂ ਇਹ ਖੂਹ ਹੀ ਕੱਢੀ ਆ ਨਾ, ਮਿੱਟੀ ਕੱਢ ਕੇ ਇੱਥੇ ਸੱਟੀ ਆ।
ਗੁੱਡੀਆਂ ਦਾ ਘਰ ਬਣਾਇਆ ਬੱਚਿਆਂ ਨੇ। ਵੇਖੋ ਇਹ ਸੁੱਤੀਆਂ ਪਈਆਂ ਵੀ ਨੇ, ਇਹਦੇ ਵੀ ਨੇ, ਇਹ ਤਿੰਨ ਘਰ ਨੇ। ਉਹ ਵੱਡਾ ਘਰ ਹੈਗਾ, ਉਹ ਹਵੇਲੀ ਵਾਲਾ। ਇਹਨਾਂ ਦੀ ਹਵੇਲੀ ਸ਼ਵੇਲੀ ਕੋਈ ਨੀ ਹੈ। ਵੇਖ ਤਰੇ ਗੁੱਡੀਆਂ ਇੱਕੋ ਜਿਹੀ ਮਾਵਾਂ ਦੀਆਂ ਸੁੱਤੀਆਂ ਪਈਆਂ ਨੇ ਵਿੱਚ। ਝਾੜੂ ਹੈ, ਇਹ ਝਾੜੂ ਹੈ, ਇਹਦੇ ਨਾਲ ਸਫਾਈ ਕਰਦੇ। ਹਾਂਜੀ, ਇਹਦੇ ਵੇਖ ਬੱਤਕਾਂ ਵੀ ਵਿੱਚ ਬੈਠੀਆਂ ਹੋਈਆਂ ਨੇ, ਕੁਰਸੀਆਂ ਵੀ ਹੈਗੀਆਂ। ਕਿੰਨਾ ਪਸੀਨਾ ਉੱਤੇ ਸੇਫ ਅਲਮਾਰੀ ਵੇਖੋ ਤੁਸੀਂ, ਵਿੱਚ ਵੇਖੋ ਕੱਪੜੇ ਟੰਗੇ, ਵੇਖੋ ਕਿਵੇਂ ਕੱਟ ਕੱਟ ਕੇ, ਹਾਂ ਵੇਖ ਗਰਮੀ ਨਾਲ ਕਿਵੇਂ ਪਈਆਂ ਪਸੀਨੇ ਪਸੀਨ ਹੋਈਆਂ ਬੈਠੀਆਂ। ਛਾਂ ਆ ਗਈ ਕਰੇ, ਫਿਰ ਖੇਡਿਆ ਕਰੋ। ਵੇਖ ਚੁੱਲਾ ਵੀ ਬਣਿਆ ਹੋਇਆ, ਗੰਗੜਿਆਂ ਨੂੰ ਵੀ ਲੈ ਆਂਦਾ ਹੈ। ਵੇਖ ਤਰੇ ਗੁੱਡੀਆਂ ਇਹਦੇ ਵੀ ਉੱਤੇ ਕੋਠੇ ਦੇ ਸੁੱਤੀਆਂ ਪਈਆਂ ਨੇ, ਪੁੱਠੀਆਂ ਸਿੱਧੀਆਂ ਹੋ ਕੇ। ਤੂੰ ਕੀ ਬਣਾਉ, ਮਿੱਟੀ ਦੇ ਕੋਠੇ ਬਣਾਉ, ਤੂੰ ਰਹਿ ਗਿਆ ਵੇ ਗਰਮੀ ਚ ਨਾ, ਮਿੱਟੀ ਦੇ ਕੋਠੇ ਬਣਾਓ ਗਰਮੀ ਤੋਂ ਹਟ ਕੇ। ਗਰਮੀ ਬੱਚਿਆਂ ਨਾ ਗਰਮੀ ਦੀ ਨਾ ਸਰਦੀ ਦੀ ਨਾ ਕੁਛ ਵੀ ਨੀ ਹੈ। ਸਾਡੇ ਕਾਫੀ ਸਾਰੇ ਭੈਣ ਭਾਈ ਆਉਂਦੇ ਨੇ, ਮਾਂ ਤੁਹਾਡੀ ਜਿਹੜੀ ਨਾ ਲੜੀ ਰਹਿੰਦੀ ਤੇ ਬਾਹਰ ਬੈਠੀ ਰਹਿੰਦੀ ਹੈ, ਅਸਲ 'ਚ ਅੰਮੀ ਜਿਹੜੀ ਹੈ ਨਾ ਉਹ ਸਮਝੋ ਕਿ ਦੇਸੀ ਮਾਹੌਲ ਪਸੰਦ ਕਰਦੀ ਹੈਗੀ, ਖੁੱਲ੍ਹਾ ਮਾਹੌਲ, ਠੰਡੀ ਠਾਰ ਛਾਂ ਹੈਗੀ, ਹਵਾ ਚੱਲਦੀ ਆਉਂਦੀ ਹੈ, ਇਸ ਕਰਕੇ ਬਾਹਰ ਸਾਰਾ ਦਿਨ ਬੈਠੀ ਰਹਿੰਦੀ ਹੈ, ਨਾ ਬਿਜਲੀ ਆਈ ਦੀ ਨਾ ਗਈ ਦੀ। ਹੈ ਅੰਮੀ ਪਾਣੀ ਦੀ ਬੋਤਲ ਲਿਆਂਦੀ, ਆਰਾਮ ਨਾਲ ਪੀਤੀ ਰੱਖਿਆ ਤੇ ਬੈਠਾ ਰਿਹਾ। ਬਾਕੀ ਜਿਹੜੀ ਹਵਾ ਦਾ ਮਜ਼ਾ ਬਾਹਰ ਦੀ ਹਵਾ ਦਾ ਹੈ ਨਾ, ਉਹ ਸਮਝੋ ਕਿ ਪੱਖਿਆਂ ਦੀ ਤਾਂ ਕੋਈ ਨਹੀਂ, ਅੰਦਰ ਤਾਂ ਬੁਸੇਕ ਲੱਗਦਾ ਹੋਇਆ। ਸਮਝਾਇਆ ਹੈ ਕਿ ਸੁੱਕ ਗੈਣ ਕਿੱਕਰ 'ਚ ਸੁੱਕਦੇ ਨਾ ਨਾ, ਅਤੇ ਫਿਰ ਸਮਝੋ ਕਿ ਇੱਥੇ ਬੜੀ ਠੰਡੀ ਛਾਂ ਸੀ, ਹੁਣ ਵੀ ਠੀਕ ਹੈ ਤਕਰੀਬਨ ਨਾ, ਉਹ ਵੀ ਛਾਂ ਹੈਗੀ ਹੈ ਵੀ ਹੈਗੀ, ਅਤੇ ਪਿਛਲੇ ਟਾਈਮ ਖਿੱਚਣੀ ਮੰਜੀ ਅੰਮੀ ਨੇ, ਉਹ ਉੱਥੇ ਚਲੇ ਜਾਣਾ, ਉਹ ਸਾਹਮਣੇ ਕੋਠਿਆਂ ਦੇ ਕੋਲ, ਉੱਥੇ ਪਰੂ ਆ ਜਾਂਦੀ ਛਾਂ। ਇਹਨਾਂ ਦੇ ਕੰਮ ਵੇਖੋ, ਦੁਪਹਿਰੀ ਖੇਡਣ ਲੱਗੇ ਹੋਏ। ਉਹ ਛਾਵੇਂ ਖੇਡੋ ਅਲੀ, ਅਲੀ ਛਾਵੇਂ ਖੇਡੋ ਪੁੱਤਰ। ਗਰਮੀ ਬਹੁਤ ਜ਼ਿਆਦਾ, ਇਸ ਕਰਕੇ ਜਿਹੜਾ ਨਾ ਬੱਕਰਿਆਂ ਨੂੰ ਦੋ ਤਿੰਨ ਦਫ਼ਾ ਪਾਣੀ ਜਿਹੜਾ ਨਾ ਦਿਹਾੜੀ ਪਿਲਾਉਣਾ ਜੋ ਕਿ ਬਣਦਾ। ਅਸੀਂ ਉਹ ਤਾਂ ਛਾਵੇਂ ਬਾਲਟੀ ਵਿੱਚੇ ਹੀ ਦੋਏ ਜਾਂਦੇ, ਗਰਮ ਤਾਂ ਨਹੀਂ ਪਾਣੀ। ਹੈਲੋ, ਪਾਣੀ ਪੀਂਦੇ ਨੇ ਵਿਚਾਰੇ। ਆਸ਼ਿਆ ਬਣਾ ਰਹੀ ਜੀ ਚਾਏ ਗਰਮੀ ਦੇ ਵਿੱਚ, ਸਕੂਨ ਕਰਨ ਦੇ ਨਾ ਸਾਰੀ ਦਿਹਾੜੀ। ਚਾਹੇ ਤੋਂ ਬਗੈਰ ਗੁਜ਼ਾਰਾ ਕੋਈ ਨੀ ਨਾ, ਇਸ ਕਰਕੇ ਫਿਰ ਰਾਖੀ ਦਾ ਕੱਪ ਚਾਹੇ ਦੇ ਦੇਣਾ। ਉਦੋਂ ਆਈਆਂ ਕੱਪੜੇ ਧੋਤਣ, ਕੱਪੜੇ ਧੋ, ਕੱਪੜੇ ਦੁਪਹਿਰੀ ਧੋਂਦੀ ਰਹੀ, ਰੋਟੀਆਂ ਪਕਾਈਆਂ, ਰੋਟੀਆਂ ਪਕਾ ਕੇ ਤੇ ਮੋੜ ਆਟ ਕੇ ਭਾਂਡੇ ਧੋਤੇ, ਕੱਪੜੇ ਦੁਪਹਿਰੀ ਧੋਂਦੀ ਰਹੀ। ਠੰਡੇ ਟਾਈਮ ਧੋ ਲੈਣੇ ਸੀ, ਠੰਡੇ ਟਾਈਮ ਨਾਲ ਲੈ ਕੇ ਟੁਰ ਗਿਆ ਤੇ ਨਹੀਂ, ਹੁਣ ਵੀ ਤਾਂ ਪਿਛਲੇ ਟਾਈਮ ਹੀ ਠੰਡਾ ਟਾਈਮ ਹੋਣਾ ਹੈ। ਜੁੱਤੇ ਮੈਂ ਲੈ ਕੇ ਆ ਜਾਣੀ ਹੈ। ਪਾਣੀ ਦੇਖੋ ਜੀ, ਸਾਡੇ ਪਿੰਡ ਦੇ ਆ ਕੇ ਮੁੰਡੇ ਭਰ ਰਹੇ ਨੇ ਇੱਥੋਂ, ਔਰ ਇਹਦਾ ਉਹਦੇ ਤੋਂ ਵੀ ਠੰਡਾ ਪਾਣੀ ਨਿਕਲ ਆਇਆ। ਹੁਣ ਥੋੜ੍ਹਾ ਜਿਹਾ ਲੋਕਾਂ ਨੇ ਗੇੜਿਆ ਨਾ, ਅਸੀਂ
ਪਾਣੀ ਪੀਵਾ ਠੰਡਾ ਸ਼ਾਮ ਦਾ ਟਾਈਮ ਹੋਇਆ, ਸੂਰਜ ਦਾ ਰੂਪ ਹੋ ਗਿਆ, ਟਾਈਮ 7:10 ਹੋ ਗਿਆ। ਚੱਲ ਨਾ ਤੈਨੂੰ ਰਖਵਾਵਾਂ ਪਾਣੀ, ਜਿਹੜੀ ਫਰਿੱਜ ਨਾ ਬਰਫ ਨਹੀਂ ਸੀ ਬਣਾ ਰਹੀ ਉਹ ਨਾ ਵਿੱਚ ਬਾਲਟੀਆਂ ਇਕੱਠਾ ਜਾ ਪਾਣੀ ਬਾਲਟੀਆਂ ਨੇ ਇਹਨਾਂ ਦੇ ਵਿੱਚ ਵੇਖੋ ਪਾਣੀ ਹਾਲੇ ਵੀ ਮੌਜੂਦ ਕੀਤਾ ਪਿਆ। ਏਦਾਂ ਦੀ ਬਾਲਟੀ ਹੈ, ਇਹਦੇ ਵਿੱਚ ਨਹੀਂ ਬਣਦੀ ਬਰਫ਼। ਔਰ ਅੱਗੇ ਇੱਕ ਵੱਡੀ ਬਾਲਟੀ ਪਈ ਹੋਈ ਆ, ਉਹ ਵੀ ਪਾਣੀ ਨਾਲ ਦੀ ਭਰੀ ਪਈ ਹੈ। ਇਹ ਚੈੱਕ ਕਰੋ, ਇਹ ਥੱਲੇ ਚਮੜੀ ਪਈ ਆ ਵੇਖੋ। ਇਸ ਕਰਕੇ ਜਿਹੜਾ ਨਾ ਕੌਲੇ ਲਿਆਉਂਦੇ ਨੇ, ਇੱਕ ਇਹਦੇ ਨਾਲ ਤਾਂ ਅੱਗੇ ਹੈ ਕਿ ਕੌਲਾ ਇਹ ਭਰਿਆ ਪਿਆ ਬਰਫ਼ ਨਾਲ, ਠੀਕ ਹੈ। ਇਸ ਕਰਕੇ ਇਹ ਬਾਲਟੀਆਂ ਦੀ ਕਰਾਉਣ ਲੱਗਿਆ ਛੁੱਟੀ, ਕਿਉਂਕਿ ਤਕਰੀਬਨ 24 ਘੰਟੇ ਪਈਆਂ ਰਹੀਆਂ ਤਾਂ ਜਾ ਕੇ ਇੰਨੀ ਬਰਫ਼ ਬਣੀ। ਅਤੇ ਕੌਲਾ ਜਿਹੜਾ ਨਾ ਉਹ ਸਮਝੋ ਕਿ 2-2.5 ਘੰਟੇ ਦੇ ਵਿੱਚ ਵਿੱਚ ਬਰਫ਼ ਬਣ ਜਾਂਦੀ ਆ। ਫਰਿੱਜ ਸਾਡੀ ਮਾਸ਼ਾਅੱਲਾ ਹੈ ਬਿਲਕੁਲ ਓਕੇ, ਲੇਕਿਨ ਲੋਡ ਦਾ ਜਿਹੜਾ ਨਾ ਥੋੜ੍ਹਾ ਹੀ ਫਰਕ ਆਉਂਦਾ। ਇਸ ਕਰਕੇ ਫਿਰ ਜਿਹੜਾ ਨਾ ਕਦੇ ਹੈ ਜੇ ਨਾ ਕਰੇ ਤਾਂ ਕਰੇ, ਨਹੀਂ ਤਾਂ ਅਕਸਰ ਜਿਹੜਾ 2-2.5 ਘੰਟੇ ਦੇ ਅੰਦਰ ਅੰਦਰ ਕੌਲਾ ਜਿਹੜਾ ਬਰਫ਼ ਦਾ ਐਡਾ ਵੱਡਾ ਸਮਝੋ ਕਿ ਬਿਲਕੁਲ ਠੀਕ ਠਾਕ ਜੰਮ ਜਾਂਦਾ। ਬਾਹਰ ਵੀ ਵਾਰ ਜੀ ਜੰਝ ਚੜ ਆਈ ਹੋਈ ਹੈ, ਔਰ ਦੇਖਦੇ ਹਾਂ ਕਿ ਕੀ ਕੁਝ ਹੋਰ ਕਿਹਦੇ ਲਾੜੇ ਦਾ ਚਲਾ ਗਿਆ ਗਾੜੀ ਦੇ ਵਿੱਚ। ਵਿਆਹ ਵਾਲਾ ਕੰਮ ਤਾਂ ਜਿਹੜਾ ਨਾ ਉਹਨਾਂ ਪਰ ਹੀ ਹੈਗਾ, ਨਾ ਪਤਾ ਲੱਗਦਾ ਪਿਆ ਉੱਧਰ ਹੈ ਅਤੇ ਨਾ ਹੀ ਪਤਾ ਲੱਗਦਾ ਪਿਆ ਕਿ ਇਸ ਕਾਰੇ 'ਚ ਹੈਗਾ, ਠੀਕ ਹੈ ਨਾ। ਲਿਆਦਾ ਇਸ ਕਰਕੇ ਜਿਹੜਾ ਨਾ ਕੋਈ ਸਾਨੂੰ ਐਡੀ ਖਾਸ ਮਾਲੂਮਾਤ ਇਸ ਦੀ ਨਹੀਂ ਹੈ, ਨਾ ਹੀ ਸਾਨੂੰ ਉਹਨਾਂ ਨੇ ਬੁਲਾਇਆ। ਵੈਸੇ ਸਾਡੇ ਉਹ ਪੜੋਸੀ ਆ, ਰਿਸ਼ਤੇਦਾਰ ਵੀ ਹੈਗੇ, ਲੇਕਿਨ ਉਹਨਾਂ ਨੇ ਸਾਨੂੰ ਬੁਲਾਇਆ ਕੋਈ ਨਹੀਂ ਸੀ, ਕਿਉਂਕਿ ਉਹ ਜਿਹੜਾ ਰਿਸ਼ਤਾ ਕਰ ਰਹੇ ਨੇ ਉਹ ਮਤਲਬ ਕਿ ਜ਼ਾਤ ਤੋਂ ਹਟ ਕੇ ਕਰ ਰਹੇ ਨੇ, ਥੋੜ੍ਹੀ ਜੁੱਤੀ ਜ਼ਾਤ ਦੇ ਟਾਈਪ ਦੇ ਬੰਦਿਆਂ ਨਾਲ ਕਰ ਰਹੇ ਨੇ। ਇਸ ਕਰਕੇ ਫਿਰ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਐਡਾ ਖਾਸ ਬੁਲਾਇਆ ਕੋਈ ਨਹੀਂ ਹੈਗਾ, ਅਤੇ ਬਹਰਹਾਲ ਅਸੀਂ ਵੀ ਕੋਈ ਨਹੀਂ ਮਤਲਬ ਐਡਾ ਰੱਖਿਆ ਦਿਲ ਵਿੱਚ ਕਿ ਸਾਨੂੰ ਬੁਲਾਇਆ ਇਹਨੇ ਜਾਂ ਨਹੀਂ ਬੁਲਾਇਆ ਇਹਨੇ। ਸਿਰਫ ਇਹ ਹੈ ਕਿ ਅਸਾਂ ਥੋੜ੍ਹੀ ਤੁਹਾਨੂੰ ਮਾਲੂਮਾਤ ਫਰਾਮ ਕਰਨੀ ਹੈ, ਲੇਕਿਨ ਉਹ ਸਾਨੂੰ ਆਪ ਨੂੰ ਪਤਾ ਨਹੀਂ ਚੱਲ ਰਿਹਾ ਕਿ ਕੀ ਅਸਲ ਮਾਲੂਮਾਤ ਹੈਗੀ। ਕਿਹਦੇ ਕੁੜੀ ਵੱਗ ਉਹਦੇ ਲੈ ਗਏ, ਇਹਨਾਂ ਨੂੰ ਪਤਾ ਨਹੀਂ ਬੱਚਿਆਂ ਨੂੰ ਹੈਂ, ਤੁਸੀਂ ਵੇਖਿਆ
ਲੱਗੀ ਜਾਂਦੀ ਹੈ ਹੈ ਚਲੋ ਹਜੇ ਤਾਂ ਆਣ ਜਾਣ ਲੱਗਾ ਖਲਾ ਲੋਕਾਂ ਦਾ ਸਮਝ ਬਾਏ ਬਾਏ ਆ ਜਾ ਬਾਏ 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 ਆ ਜਾ ਆ ਜਾ ਬਾਏ ਬਾਏ ਕੀ ਕਰਦੀ ਏ ਬਾਏ ਬਾਏ ਡਿੱਗਦੀ ਪਈ ਹਾਂ ਆ ਕਰੇ ਮਿੱਟੀ ਤਾਂ ਨਹੀਂ ਖਾਈ ਆ ਕਰ ਮਿੱਟੀ ਕੋਈ ਨਹੀਂ ਖਾਈ ਮਾਰਾ ਬੱਚਾ ਵੀਰ ਸ਼ਾਦੀ ਤਾਂ ਅਸੀਂ ਤੁਹਾਨੂੰ ਦਿਖਾ ਨਹੀਂ ਸਕੇ ਨਾ ਸਾਨੂੰ ਪਰਮਿਸ਼ਨ ਆਈ ਨਾ ਅਸੀਂ ਗਏ ਆ ਬਾਕੀ ਗੋਲ ਗੱਪਿਆਂ ਦਾ ਸਦਿਆ ਕੋਈ ਨਹੀਂ ਅਸੀਂ ਆਵੇਂ ਪਾਜਾ ਵੀ ਆ ਹਾਂਜੀ ਬਾਕੀ ਗੋਲ ਗੱਪਿਆਂ ਦਾ ਭਾਈ ਸਾਹਿਬ ਬਾਹਰ ਖੜਾ ਮੈਂ ਕਹਿੰਦੀ ਲੈ ਜਿਹੜਾ ਨਾ ਚੈੱਕ ਕਰ ਲਈਏ ਗੋਲ ਗੱਪੇ ਕਾਫੀ ਇਹ ਤਕਰੀਬਨ ਕੋਈ ਕਿੰਨਿਆਂ ਸਾਲਾਂ ਬਾਅਦ ਮੈਂ ਜਿਹੜਾ ਨਾ ਗੋਲ ਗੱਪੇ ਅੱਜ ਪਰ ਮੈਂ ਲੈ ਕੇ ਆ ਔਰ ਨਾਲ ਆਏਗਾ ਖੱਟਾ ਪਾਣੀ ਗੋਲ ਗੱਪੇ ਵੀਰ ਜੇ ਖਾਂਦੇ ਹੋ ਤੇ ਆਓ ਜੀ ਬਿਸਮਿਲ੍ਲਾ ਨਹੀਂ ਤੇ ਮੈਂ ਕਰਨ ਲੱਗਾ ਬਿਸਮਿਲ੍ਲਾ ਰਹਿਮਾਨ ਰਹੀਮ ਜ਼ਬਰਦਸਤ ਹੈ ਮੈਂ ਖੱਟਾ ਐਡਾ ਮੇਰਾ ਫੇਵਰੇਟ ਨਹੀਂ ਹੈਗਾ ਨਮਕੀਨ ਜਾਂ ਫਿਰ ਮਿੱਠਾ ਖੱਟਾ ਨਹੀਂ ਮੇਰਾ ਫੇਵਰੇਟ ਠੀਕ ਹੈ ਨਾ ਬਸ ਮੈਂ ਥੋੜ੍ਹਾ ਚੁਸਕਾ ਜਿਹਾ ਲਾ ਲਈਏ ਸ਼ਾਮ ਦੇ ਵਕਤ ਬੇਗਮ ਲੱਗੀ ਹੋਈ ਜੀ ਮੰਗੀਆਂ ਬਿਸਤਰੀਆਂ ਕੱਢਣ ਔਰ ਦੋਨੋਂ ਜਿਹੜੀਆਂ ਭਾਬੀਆਂ ਲੱਗੀਆਂ ਹੋਈਆਂ ਸ਼ਾਮ ਦੀਆਂ ਰੋਟੀਆਂ ਪਕਾਉਣ ਇੱਕੋ ਜੀ ਕਰ ਬੇਗਮ ਖਾਣਾ ਛਾਣਾ ਖਾ ਲਈਏ ਤੇ ਪਾਣੀ ਆਪਾਂ ਲੈ ਕੇ ਆਉਣਾ ਅਗਲਾ ਪਾਣੀ ਸਾਰੀਆਂ ਅਗਲਾ ਪਾਣੀ ਇਸਤੇਮਾਲ ਕਰ ਲੈਂਦੇ ਹਾਂ ਤੇ ਨਵਾਂ ਪਾਣੀ ਉਹ ਤੋਂ ਬਾਹਰ ਕੇ ਲਿਆਉਂਦੇ ਹਾਂ ਤੇ ਅੱਜ ਮੈਂ ਉੱਥੇ ਨਹਾ ਕੇ ਵੀ ਆਉਣਾ ਠੰਡੇ ਠਾਰ ਪਾਣੀ ਤੋਂ ਠੀਕ ਹੈ ਨਾ ਆਹੋ ਚੰਗੀ ਤਰ੍ਹਾਂ ਇੱਕ ਵਾਰੀ ਅੱਜ ਨਹਾਉਣਾ ਉੱਥੇ ਉਹਦਾ ਮਜ਼ਾ ਹੀ ਅਲੱਗ ਹੈ ਬਹੁਤ ਹੀ ਠੰਡਾ ਪਾਣੀ ਹੈ ਯਕੀਨ ਕਰ ਵੀ ਵਾਰ ਲੱਸੀ ਮੇਰੀ ਆ ਚੁੱਕੀ ਹੈ ਚੈੱਕ ਕਰੋ ਜ਼ਰਾ ਮਾਸ਼ਾਅੱਲਾ ਸੁਭਾਨਅੱਲਾ ਔਰ ਨਾਲ ਜਿਹੜਾ ਨਾ ਖੀਰਾ ਅਤੇ ਕੱਟੀ ਹੋਈ ਹੈ ਤਾਰ ਬਾਕੀ ਵੇਟ ਹੈ ਅਤੇ ਰੋਟੀ ਦਾ ਹੈ ਸਾਲਣ ਦਾ ਹੈਗਾ ਸਾਲਣ ਰੋਟੀ ਆਪਦਾ ਫਿਰ ਜਿਹੜਾ ਨਾ ਮਜ਼ੇ ਨਾਲ ਖਾਂਦੇ ਹਾਂ ਮੈਂ ਅਕਸਰ ਜਿਹੜਾ ਨਾ ਸਮਝੋ ਕਿ ਲੱਸੀ ਜਿਹੜੀ ਬੜੇ ਸ਼ੌਕ ਨਾਲ ਪੀਂਦਾ ਕੌਣ ਕੌਣ ਸ਼ੌਕ ਨਾਲ ਪੀਂਦਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਹੈਗਾ ਕਿਉਂਕਿ ਅੱਜ ਕੱਲ੍ਹ ਗਰਮੀ ਦੇ ਵਿੱਚ ਲੱਸੀ ਹੋਵੇ ਸ਼ਾਮ ਟਾਈਮ ਨਾਲ ਜਿਹੜਾ ਨਾ ਖੀਰਾ ਵਗੈਰਾ ਹੋਵੇ ਅਤੇ ਜਿਹੜਾ ਨਾ ਮਜ਼ਾ ਹੀ ਅਲੱਗ ਹੁੰਦਾ ਮਾਸ਼ਾਅੱਲਾ ਸੁਭਾਨ ਰੋਟੀ ਵੀ ਆ ਚੁੱਕੀ ਹੈ ਲੇਕਿਨ ਸਾਲਣ ਬੇਗਮ ਲੈਣ ਚੱਲੀ ਹੈ ਆ ਜਾ ਕੌਲੀ ਅੱਜ ਦੌਣ ਚੱਲੀ ਹੈ ਸੁਭਾਨ ਅੱਲਾ ਜਲਦੀ ਜਲਦੀ ਲਿਆ ਭਾਈ ਸਾਲਣ ਭੁੱਖ ਬੜੀ ਲੱਗ ਰਹੀ ਹੈ ਹਰ ਚੀਜ਼ ਕੋਲ ਪਈ ਹੋਵੇ ਅਤੇ ਸਾਲਣ ਕੋਈ ਨਾ ਹੋਵੇ ਫਿਰ ਜਿਹੜਾ ਨਾ ਸਮਝੋ ਕਿ ਪ੍ਰਾਊਡ ਜਿਹਾ ਫੀਲ ਹੁੰਦਾ ਮਤਲਬ ਉਹ ਜਿਹਾ ਫੀਲ ਹੁੰਦਾ ਹੈ ਕਿ ਆਉਂਦਾ ਦਿਲ ਬੰਦਾ ਕਰਦਾ ਹੈ ਲੱਸੀ ਇਕੱਲੀ ਨਾਲ ਖਾ ਪੀ ਜਾਵੇ ਸਾਲਣ ਹੈ ਕਿਸ ਦਾ ਬੇਗੋ ਹਰ ਚੀਜ਼ ਆ ਚੁੱਕੀ ਹੈ ਲੱਸੀ ਸਾਲਣ ਹੋਰ ਖੀਰਾ ਤਾਰ ਵਗੈਰਾ ਰੋਟੀਆਂ ਤੇ ਖਾਂਦੇ ਆਓ ਜੀ ਬਿਸਮਿਲ੍ਲਾ ਨਹੀਂ ਤੇ ਫਿਰ ਅਸੀਂ ਤੇ ਪੜ੍ਹਨ ਲੱਗੇ ਬਿਸਮਿਲ੍ਲਾ ਰਹਿਮਾਨ ਰਹੀਮ ਤੇ ਖਾਂਦੇ ਹਾਂ ਖਾਣਾ ਜਲਦੀ ਜਲਦੀ ਤੇ ਫਿਰ ਚੱਲਦੇ ਆ ਜੀ ਨਲਕੇ ਤੇ ਚੱਲ ਕੇ ਲੈ ਕੇ ਆਉਂਦੇ ਹਾਂ ਪਾਣੀ ਰਾਤ ਨੂੰ ਪਾਣੀ ਕਿਉਂਕਿ ਸਟੋਰ ਕਰਨਾ ਹੈਗਾ ਫਰਿੱਜ ਦੇ ਵਿੱਚ ਸੁਬਹਾ ਤੱਕ ਠੰਡਾ ਹੋਇਆ ਪਿਆ ਹੋਵੇਗਾ ਸਾਰਾ ਦਿਨ ਫਿਰ ਪੀਵਾਂਗੇ ਮਜ਼ਿਆ ਅੰਮੀ ਇੱਥੇ ਕਿਉਂ ਬੈਠੀ ਹੋਈ ਹੈ ਤੂੰ ਮਾਲਕ ਹੈ ਬੂਆ ਬੈਠੀ ਹੈ ਜੰਗਲੀ ਲੋਕਾਂ ਦੇ ਰੋਲੇ ਨੀ ਮੁੱਕਣੇ ਬਿਲਕੁਲ ਅੰਮੀ ਅਸਲ ਬੈਠੀ ਸਿਰਫ ਉਹਨਾਂ ਦੀ ਜੰਝ ਦੀ ਪਰਵ ਕਿਸੇ ਲਵੇ ਕਿਸੇ ਲੈ ਕੇ ਜਾਂਦੇ ਸਮਾਨ ਲੈ ਗਏ ਕੋਈ ਨਾ
ਕੋਈ ਨਹੀਂ ਦਿੱਤੇ ਇਥਾਂ ਹੀ ਪਿਆ ਇਹ ਨੰਦੇ ਨੂੰ ਫਾਵੇਂ ਸਾਰ ਰਾਤ ਨਾ ਰਾਂਦ ਲਾਇ ਬੁੱਕ ਕੋ ਆਂਦੇ ਕੀ ਹੈ ਆਂਦੇ ਕੋਈ ਨਹੀਂ ਅੱਛੀ ਅੰਤੀ ਏ ਹਾਂ ਬਈ ਬੇਟੀ ਅੱਗੇ ਦਿੱਤੀ ਲੋਰਾ ਪਰ ਆਪਾਂ ਅੱਛਾ ਛਿਪਰੇ ਵੀ ਨਹੀਂ ਜਾਂਦਾ ਨਹੀਂ ਛਿਪਰੇ ਵੀ ਨਹੀਂ ਆਇਆ ਇਹ ਨਿੱਕੇ ਨਿੱਕੇ ਕੰਮਾਂ ਤੋਂ ਲੋਆ ਯਕੀਨ ਕਰ ਜੋ ਸ਼ੁਕਰ ਹੈ ਸਾਡਾ ਚਲੋ ਇੱਕ ਆਈ ਪੁਗੇ ਗਿਆ ਮਗਰ ਅਜੇ ਦੋ ਬੈਠੇ ਹੋਏ ਪਤਾ ਨੀ ਲੱਗਦਾ ਕੀ ਬਣਨਾ ਹੈ ਗਿਆ ਹਾਂ ਚਲੋ ਅੱਲਾ ਪਾਕ ਜੀ ਹਿਦਾਇਤ ਦੇਵੇ ਇਹਨਾਂ ਨੂੰ ਐਸੇ ਲੋਕਾਂ ਨੂੰ ਰਾਤ ਦੇ 9 ਵਜਦੇ ਪੈਣ ਤੇ ਹਾਲੇ ਤੱਕ ਨਾ ਕੋਈ ਸਮਝੋ ਕਿ ਕਿਸੇ ਪਾਸੇ ਗੱਲ ਲੱਗਦੀ ਪੀ ਨੇ ਕੁਝ ਹੈ ਕੌਣ ਸੂਰ ਸੂਰ ਚੱਲ ਆ ਜਾਓ ਰਿਸ਼ਤਾ ਦੇਵੇ ਨਾ ਜੇ ਦੇ ਛੱਡਿਆ ਤੇ ਫਿਰ ਰੋਲਾ ਕਿਸ ਗੱਲ ਦਾ ਮੈਨੂੰ ਇਹ ਸਮਝੋ ਕਿ ਸਮਝ ਤੂੰ ਗੱਲ ਬਾਹਰ ਹੈ ਬਹੁਤ ਹੀ ਬੁਰੀ ਰਸਮਾਂ ਰਿਵਾਜ਼ ਜਿਹੜੇ ਨੇ ਸਾਡੇ ਲੋਕਾਂ ਦੇ ਵਿੱਚ ਹਜੇ ਤੱਕ ਹੀ ਚੱਲਦੇ ਆ ਰਹੇ ਨੇ ਅਤੇ ਪਤਾ ਨਹੀਂ ਕਦੋਂ ਸੁਧਰ ਪਾਵਣਗੇ 9 ਵੱਜ ਗਏ ਨੇ ਹਾਲੇ ਤੱਕ ਉਹਨਾਂ ਨਾਲ ਇਹਨਾਂ ਨੇ ਰਾਂ ਲੜਾਈ ਪਾਈ ਹੋਈ ਹੈ ਫਲਾਣੀ ਚੀਜ਼ ਨਹੀਂ ਹੈ ਫਲਾਣੀ ਨਹੀਂ ਹੈ ਚੀਜ਼ ਇਹ ਨਹੀਂ ਹੈ ਉਹ ਨਹੀਂ ਹੈ ਵੀ 5-10 ਰੁਪਏ ਦੀ 100, 200, 400, 1000, 1200, 2000 ਨੂੰ ਕੀ ਵੇਖਣਾ ਜਦੋਂ ਤੁਸੀਂ ਆਪਣਾ ਲਖਤ ਜਿਗਰ ਦੇ ਛੱਡਿਆ ਉਹਨਾਂ ਨੂੰ ਫਿਰ ਉਹਦੇ 'ਚ ਕਿਹੜਾ ਤੁਹਾਨੂੰ ਮਸਲਾ ਹੈਗਾ ਵੀ ਜਾਵਣ ਦਿਓ ਉਹਨੂੰ ਵਿਚਾਰੀ ਨੂੰ ਆਪਣੇ ਘਰ ਵਸਣ ਦਿਓ ਹੈਰਾਨਗੀ ਆਉਂਦੀ ਹੈ ਯਕੀਨ ਕਰੋ ਐਵਾ ਜਿਹਾ ਫਜ਼ੂਲ ਰਸਮਾਂ ਰਿਵਾਜ਼ ਵੇਖ ਵੇਖ ਕੇ ਲਓ ਜੀ ਆ ਰਹੀ ਹੈ ਡੋਲੀ ਮਾਸ਼ਾਅੱਲਾ ਸੇ ਆਵਾਮ ਲੈ ਕੇ ਜਾ ਰਹੀ ਡੋਲੀ ਓ ਸ਼ੁਕਰ ਹੈ ਅੱਲਾਹ ਦਾ ਸ਼ੁਕਰ ਹੈ ਸ਼ੁਕਰ ਅੱਲਾਹ ਪਾਕ ਦਾ ਕਿ ਉਹਨੂੰ ਘਰ ਜਾ ਰਹੀ ਸ਼ੁਕਰ ਹੈ ਰੱਬ ਦੀ ਜ਼ਾਤ ਪਾਕ ਦਾ ਨਹੀਂ ਤਾਂ ਇਹੋ ਜਿਹੇ ਲੋਕ ਨਹੀਂ ਇਹ ਜੀਵਨ ਦਿੰਦੇ ਹੁਣ ਉੱਥੇ ਜਾ ਕੇ ਬਿਠਾ ਰਹੇ ਨੇ ਪਤਾ ਜੋ ਹੈ ਲੋਕ ਹੀ ਹੈ ਸਿਆਣ ਮਨੋ ਨਾ ਆਖਣਾ ਹੀ ਹੈ ਵਿਚਾਰਿਆਂ ਨੇ ਮੇਰੇ ਗੰਦੇ ਨੇ